ਬਹੁਤ ਖੁਸ਼ੀ ਆ, ਬਹੁਤ ਪ੍ਰਾਊਡ ਆ ਆਪਣੇ ਬੱਚੇ ਦੇ ਉੱਪਰ, ਸਾਰੇ ਬੱਚਿਆਂ 'ਤੇ ਬਹੁਤ ਪ੍ਰਾਊਡ ਆ ਕਿਉਂਕਿ ਸਾਰੀ ਟੀਮ ਨੇ ਬਹੁਤ ਵਧੀਆ ਖੇਡੇ ਆ ਅਤੇ ਇੱਦਾਂ ਹੀ ਅੱਗੇ ਓਲੰਪੀਆਂ 'ਚ ਖੇਡਣ ਅਤੇ ਗੋਲਡ ਮੈਡਲ ਲੈ ਕੇ ਆਉਣ, ਆਪਣੇ ਦੇਸ਼ ਦਾ ਨਾਂ ਉੱਚਾ ਕਰਨ, ਬਹੁਤ ਜ਼ਿਆਦਾ ਖੁਸ਼ੀ ਹੋਈ ਆ। ਇਹਦਾ ਸੰਘਰਸ਼ ਲੋਕ ਦੇਖਦੇ ਰਹੇ ਆ ਜਿਸ ਤਰੀਕੇ ਨਾਲ ਆਪਣੇ ਲਈ ਉੱਠ ਕੇ ਆਇਆ, ਕਈ ਪ੍ਰੋਬਲਮ ਵੀ ਆਈਆਂ ਹੈਗੀਆਂ ਅਤੇ ਕਿਤੋਂ ਉੱਠ ਕੇ ਇਸ ਵੇਲੇ ਦੇਸ਼ ਦਾ ਮਾਰ ਰਹੇ ਆ, ਉਸ ਬਾਰੇ ਕੀ ਜੋ ਇਹਦਾ ਸਫ਼ਰ ਰਿਹਾ ਉਹਦੇ ਬਾਰੇ ਕੀ? ਇਹਦਾ ਸਫ਼ਰ ਬਹੁਤ ਜਿਹੜਾ ਵਧੀਆ ਰਿਹਾ ਵਾ। ਵੈਸੇ ਪਹਿਲਾਂ ਤਾਂ ਬਹੁਤ ਗਰੀਬ ਸੀ ਅਸੀਂ, ਅਤੇ ਪਰ ਗਰੀਬੀ ਦੇ ਵਿੱਚੋਂ ਕੱਟਦਾ ਹੋਇਆ ਇੱਥੇ ਤੱਕ ਅੱਜ ਬੁਲੰਦੀਆਂ ਛੂ ਗਿਆ ਹੈ, ਸਾਰੇ ਆਪਣੇ ਭੈਣ ਭਰਾਵਾਂ ਦਾ, ਪਿੰਡ ਦਾ, ਦੇਸ਼ ਦਾ ਨਾਂ ਉੱਚਾ ਕਰ ਗਿਆ। ਪਿਛਲੀ ਵਾਰੀ ਤੁਹਾਨੂੰ ਯਾਦ ਕਰਨਾ ਵੀ ਫੋਨ ਤੇ ਗੱਲ ਹੋਈ ਸੀ, ਉਹਨੇ ਕਹੇ ਮਾਤਾ ਦਾਸ ਕਰੀ ਪੁੱਤਰ ਕਦੀ ਲਾਇ ਰੱਖਣੀ, ਇਸ ਵਾਰੀ ਵੀ ਲਾਇ ਰੱਖੀ ਕੈਪਟਨ ਹੋਣਗੇ ਇਸ ਵਾਰੀ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਆ, ਪਹਿਲਾ ਗੋਲ ਮਾਰਿਆ ਤੇ ਬਹੁਤ ਵਧੀਆ ਆਉਂਦੇ ਹੁੰਦੇ ਆ ਵੀ ਲਾਜ ਰੱਖੀ ਪਰਮਾਤਮਾ ਨੇ। ਅੱਜ ਹੀ ਖੰਡ ਪਾਠ ਸਾਹਿਬ ਦਾ ਗੋਂਦਵਾਲ ਸਾਹਿਬ ਭੋਗ ਪਿਆ ਤੇ ਮੈਨੂੰ ਪੂਰੀ ਉਮੀਦ ਸੀ ਆਪਣੇ ਗੁਰੂ ਤੇ ਕਿ ਅੱਜ ਗੋਲਡ ਮੈਡਲ ਜ਼ਰੂਰ ਆਊਗਾ। ਇਸ ਵਾਰੀ ਕੋਈ ਲਾਸਟ ਮੈਚ ਤੋਂ ਪਹਿਲਾਂ ਵੀ ਗੱਲ ਹੋਈ, ਲਾਸਟ ਕੋਈ ਕੀ ਕਹਿੰਦੇ? ਹਾਂਜੀ, ਜਦੋਂ ਮੈਚ ਖੇਡਣ ਜਾਂਦਾ ਉਦੋਂ ਹੀ ਉਹ ਫੋਨ ਕਰਦਾ ਵੀ ਮੰਮੀ ਮੈਂ ਮੈਚ ਖੇਡਣ ਚੱਲਿਆ, ਤੇ ਫਿਰ ਮੈਂ ਉਹਨੂੰ ਵਿਸ਼ ਕਰਦੀ ਹੁੰਦੀ ਹਾਂ ਵੀ ਔਲ ਦੀ ਬੈਸਟ, ਗੋਲਡ ਪਰਮਾਤਮਾ ਤੈਨੂੰ ਜਿਤਾਵੇ ਤੇ ਆਪਣਾ ਜਿੱਤ ਕੇ ਘਰ ਆਵੇ। ਬਹੁਤ ਖੁਸ਼ ਹੈ, ਬਹੁਤ ਪ੍ਰਾਊਡ ਹੈ। ਸਭ ਤੋਂ ਪਹਿਲਾਂ ਤੀ ਕੋਂਗ੍ਰੈਚੁਲੇਸ਼ਨ ਦੀ, ਬਹੁਤ ਬਹੁਤ ਵਧਾਈ ਆ ਤੀ ਹਾਕੀ ਇੰਡੀਆ ਦਾ ਟੀਮ ਤੀਆਂ, ਦੇਸ਼ ਕੇ ਲਈ ਤੀਆਂ ਗੋਲਡ ਮੈਡਲ ਜੀਤ ਗਈ ਤੀ। ਹੁਣੇ ਸਿੱਧਾ ਪੱਕਾ ਤੇ ਓਲੰਪਿਕ ਜਾਊਂਗੀ ਪੈਰਿਸ, ਅਸੀਂ ਸਾਰੀ ਟੀਮ ਆ ਗਿਆ ਤੀ ਹੈ, ਫਿਰ ਬਹੁਤ ਬਹੁਤ ਖੁਸ਼ ਹੈ, ਬਹੁਤ ਪ੍ਰਾਊਡ ਮੂਮੈਂਟ ਹੈ, ਨੋਟ ਫੋਰ ਮੀ ਫੈਮਿਲੀ ਬਟ ਸਾਰੇ ਦੇਸ਼ ਕੇ ਲਈ। ਬਿਲਕੁਲ, ਮੈਚ ਸ਼ੁਰੂ ਹੋਣ ਸੇ ਪਹਿਲੇ ਮਨਪ੍ਰੀਤ ਸੇ ਬਾਤ ਹੋਈ, ਕਿਆ ਕਹਾ ਇਹ ਨਾਰਮਲ ਰੂਟੀਨ ਦਾ ਮਨਪ੍ਰੀਤ ਹੈ, ਜਾਂ ਕੋਈ ਫਰੈਂਡਲੀ ਮੈਚ, ਕੋਈ ਟੂਰਨਾਮੈਂਟ ਹੈ, ਉਹਨੂੰ ਫੋਨ ਆ ਗਿਆ ਤੀ ਹੈ, ਫਿਰ ਬਟ ਅੱਜ ਬਹੁਤ ਸਪੈਸ਼ਲ ਤੀ ਹੈ ਕਿਉਂਕਿ 9 ਸਾਲ ਤੇ ਹੈ ਇੰਡੀਆ ਤੇ ਵੇਟ ਕਰਨਾ ਤਾਂ ਗੋਲਡ ਮੈਡਲ ਏਸ਼ੀਅਨ ਗੇਮ ਤੇ ਹੈ। ਬਿਫੋਰ ਦ ਮੈਚ ਮਨਪ੍ਰੀਤ ਦਾ ਫੋਨ ਆ ਗਿਆ ਤੀ ਹੈ, ਉਹ ਸਭ ਤੋਂ ਪਹਿਲਾਂ ਤੇ ਉਸਦੀ ਗੁੜੀਆ ਨੂੰ ਗੱਲ ਕਰ ਲੈਤੀ ਹੈ, ਉਹ ਕਹਿੰਦੀ ਤੀ ਜਸਮੀਨ ਅੱਜ ਪੱਕਾ ਗੋਲਡ ਮੈਡਲ ਬਾਬਾ ਨੂੰ ਲੈ ਕੇ ਆਤੀ, ਉਹ ਪ੍ਰੋਮਿਸ ਬਹੁਤ ਪੱਕਾ ਕਰ ਦਿੱਤੀ ਹੈ ਨਾ, ਫਿਰ ਬਹੁਤ ਬਹੁਤ ਪ੍ਰਾਊਡ ਤੀ ਹੈ, ਬਹੁਤ ਕਿਉਂਕਿ ਫਸਟ ਗੋਲ ਤੇ ਮਨਪ੍ਰੀਤ ਨੂੰ ਸਕੋਰ ਕਰਨਾ ਤੇ ਹੈ, ਆਈ ਥਿੰਕ ਸਾਰੀ ਦੇਸ਼ ਵੀ ਵੇਟਿੰਗ ਕਰਨਾ ਤੇ ਹੈ ਉਸਕੇ ਸਭਸੇ ਪਹਿਲਾ ਗੋਲ ਤੇ ਹੈ, ਜਦੋਂ ਉਹਨੂੰ ਸਕੋਰ ਕਰਨਾ ਤੇ ਅਸੀਂ ਇੱਥੇ ਬੈਠੇ ਤੇ ਅਸੀਂ ਪਤਾ ਤੇ ਹੈ ਗੋਲਡ ਮੈਡਲ ਜਿੱਤ ਗਏ ਤੇ, ਫਿਰ ਬਹੁਤ ਬਹੁਤ ਹੈਪੀ ਤੇ ਬਹੁਤ ਬਹੁਤ ਖੁਸ਼ ਹੈ ਤੇ ਹੈ ਕਿਉਂਕਿ ਸਾਰੀ ਮਿਹਨਤ ਤੇ ਹੈ, ਸਾਰੀ ਟੀਮ ਦਾ ਮਿਹਨਤ ਤੇ ਹੈ ਕਰ ਦਿੱਤੀ ਹੈ, ਇੱਥੇ ਤੱਕ ਪਹੁੰਚ ਗਈ ਤੇ ਹੈ, ਸੋ ਬਹੁਤ ਬਹੁਤ ਹੈਪੀ ਫੋਰ ਟੀਮ। ਅੱਜ ਜਿਹੜੀ ਏਸ਼ੀਅਨ ਗੇਮਸ ਹੈ ਉਹਦੇ ਵਿੱਚ ਹਿੰਦੁਸਤਾਨ ਦੀ ਟੀਮ ਨੇ ਬਹੁਤ ਵਧੀਆ ਪਰਫਾਰਮ ਕੀਤਾ ਔਰ ਫਾਈਨਲ ਦੇ ਵਿੱਚ ਜਾਪਾਨ ਨੂੰ 5-1 ਨਾਲ ਹਰਾਇਆ, ਔਰ ਮੈਂ ਇਹਦੇ ਕਾਫੀ ਮੈਚ ਦੇਖਿਆ ਕਿਉਂਕਿ ਜਿਹੜਾ ਟੀਮ ਦਾ ਰਿਦਮ ਸ਼ੁਰੂ ਤੋਂ ਸੀਗਾ ਉਹ ਬਹੁਤ ਵਧੀਆ ਸੀ, ਔਰ ਇਹ ਇੱਕ ਯੂਥ ਔਰ ਐਕਸਪੀਰੀਅੰਸ ਦੇ ਕੰਬੀਨੇਸ਼ਨ ਤੋਂ ਇਹੋ ਜਿਹੀ ਜਿਹੜੇ ਆ ਉਹ ਜਿਹੜੇ ਰਿਜ਼ਲਟਸ ਆ ਉਹ ਆਉਂਦੇ ਆ, ਔਰ ਇਹਦੇ ਵਿੱਚ ਮੈਂ ਜਿੱਥੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਉੱਥੇ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਅੱਜ ਟੀਮ ਨੇ ਬਹੁਤ ਬਿਹਤਰ ਪਰਫਾਰਮੈਂਸ ਕੀਤੀ ਹੈਗੀ, ਔਰ ਉਹਦੇ ਵਿੱਚ ਜਿਹਦੀ ਜਿਹਦੀ ਵੀ ਕਿਉਂਕਿ ਸਟਾਫ ਦੀ, ਕੋਚਿਸ ਦੀ, ਈਵਨ ਉੜੀਸਾ ਗਵਰਨਮੈਂਟ ਦੀ, ਪੰਜਾਬ ਗਵਰਨਮੈਂਟ ਦੀ, ਔਰ ਕਿਉਂਕਿ ਪੰਜਾਬ ਨੇ ਇਹਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਆ ਪੰਜਾਬ ਦਾ ਹੈਗਾ, ਜਿਹਦੇ ਵਿੱਚ 10 ਖਿਡਾਰੀ ਜਿਹੜੇ ਉਹ ਪੰਜਾਬ ਦੇ ਹੈਗੇ ਆ, ਸੋ ਉਹ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵੀ ਹਾਕੀ ਲਈ ਬਿਹਤਰ ਹੋਵੇ, ਹਿੰਦੁਸਤਾਨ ਦੀ ਪਰਫਾਰਮੈਂਸ ਹੋਵੇ। ਜਲੰਧਰ ਦੇ ਵੀ ਜਿਹੜੇ ਕੁਝ ਖਿਡਾਰੀ ਸੀ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਸੀ? ਨਹੀਂ ਦੇਖੋ, ਜਲੰਧਰ ਤੇ ਵੀ ਮਿੱਠਾਪੁਰ ਦੇ ਔਰ ਉਹਦੇ ਨਾਲ ਨਾਲ ਕਿਉਂਕਿ ਸਾਰਾ ਕੁਛ ਜਦੋਂ ਕੰਟਰੀ ਦੀ ਗੱਲ ਆਉਂਦੀ ਹੈ ਤਾਂ ਫਿਰ ਮੈਨੂੰ ਲੱਗਦਾ ਸਾਰਿਆਂ ਦਾ ਜਿਹੜਾ ਰੋਲ ਹੈਗਾ ਜਲੰਧਰ ਦੇ ਵੀ ਖਿਡਾਰੀ ਜਿਹੜੇ ਉਹ ਕਾਬਲੇ ਤਾਰੀਫ ਹੈ, ਕਿਉਂਕਿ ਮੇਰੇ ਆਪਣੇ ਪਿੰਡ ਦੇ ਜਿਹੜੇ ਬੱਚੇ ਹੈਗੇ, ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਪਰਫਾਰਮ ਜਿਹੜੀ ਉਹ ਖਿਡਾਰੀਆਂ ਦੇ ਨਾਲ ਗੱਲਬਾਤ ਹੋਈ ਫੋਨ ਦੇ ਉੱਪਰ? ਨਹੀਂ ਹਜੇ ਤਾਂ ਨਹੀਂ ਹੋਈ ਕਿਉਂਕਿ ਹਜੇ ਤਾਂ ਉਹ ਹੈਗੇ ਸੈਲੀਬ੍ਰੇਟ ਕਰਦੇ ਹੋਣਗੇ, ਸੋ ਪਰਿਵਾਰਿਕ ਮੈਂਬਰਾਂ ਨਾਲ ਤਾਂ ਜ਼ਰੂਰ ਗੱਲਬਾਤ ਹੋਈ। ਹਾਂ ਡੈਫੀਨੇਟਲੀ, ਕਿਉਂਕਿ ਲਗਭਗ ਮਠਾਪੁਰ ਦੇ ਮਨਪ੍ਰੀਤ ਆ, ਵਰੁਣ ਕੁਮਾਰ ਤੇ ਮਨਦੀਪ ਆ, ਤੇ ਸਾਰੇ ਬੱਚਿਆਂ ਦਾ ਪਰਫਾਰਮੈਂਸ ਬਹੁਤ ਵਧੀਆ ਰਿਹਾ ਆ, ਤੇ ਵਧੀਆ ਹਰ ਮੈਚ ਜਿਹੜਾ ਇਹਨਾਂ ਨੇ ਵਧੀਆ ਗੋਲ ਸਕੋਰ ਨਾਲ ਜਿੱਤਿਆ ਆ, ਤੇ ਇਹ ਮੈਚ ਵੀ ਜਿਹੜਾ ਆ ਬਹੁਤ ਵਧੀਆ ਗੋਲ ਸਕੋਰ ਨਾਲ ਜਿੱਤਿਆ ਇਹਨਾਂ ਨੇ, ਤੇ ਆਪਾਂ ਓਲੰਪਿਕ ਵਾਸਤੇ ਆਪਾਂ ਜਿਹੜੇ ਕੁਆਲੀਫਾਈ ਕਰ ਗਏ ਹਾਂ,
ਉਹਦੇ ਵਿੱਚ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ। ਮਨਦੀਪ ਦੇ ਚੋਟ ਵੀ ਕਹਿੰਦੇ ਲੱਗ ਗਈ ਸੀ, ਕੀ ਕਾਰਨ ਰਿਹਾ? ਹਾਂ ਮਨਦੀਪ ਦੇ ਜੀ ਹੈਮਸਟੈਕ ਹੋਇਆ ਜੀ, ਸਪੀਡ ਦੌੜ ਰਿਹਾ ਸੀਗਾ ਜੋ ਉਹਨੇ ਆਪਣੇ ਮੂਵਮੈਂਟ ਲਈ ਚੇਂਜ ਕੀਤੀ ਆ, ਉਦੋਂ ਉਹਦੇ ਹੈਮਸਟੈਕ ਹੋ ਗਿਆ। ਤੇ ਬਾਕੀ ਖੇਡਣ ਤੇ ਸੱਟਾਂ ਲੱਗਦੀਆਂ ਜੀ, ਤੇ ਪੰਜਾਬੀ ਇੱਕ ਕਹਾਵਤ ਹੈ ਵੀ ਬੱਚਾ ਸੱਟਾਂ ਲੱਗ ਲੱਗ ਵੱਡਾ ਹੁੰਦਾ ਆ, ਉਹ ਸੱਟਾਂ ਲੱਗ ਲੱਗ ਕੇ ਵੱਡੇ ਹੋਏ ਤੇ ਅੱਗੇ ਆਉਣ ਜਿਹੜੇ ਓਲੰਪਿਕ ਆ ਉਹ ਚ ਵਧੀਆ ਪ੍ਰਦਰਸ਼ਨ ਕਰਨਗੇ।